ਦਾ ਸਿਲਸਿਲਾ ਜਾਰੀ ਰਹੇਗਾ ਪਰ ਇਸ ਦਰਮਿਆਨ ਇੱਕ ਖਬਰ ਜਿਹੜੀ ਆ ਕਾਮਨਵੈਲਥ ਗੇਮਸ ਤੋਂ ਆ ਰਹੀ ਹੈ ਕਾਮਨਵੈਲਥ ਗੇਮਸ ਦੇ ਵਿੱਚ ਭਾਰਤ ਨੇ ਇੱਕ ਹੋਰ ਤਮਗਾ ਫੁੰਡਿਆ ਔਰ ਇਹ ਤਮਗਾ ਫੁੰਡਣ ਦੇ ਵਿੱਚ ਪੰਜਾਬ ਦਾ ਨੌਜਵਾਨ ਲਵਪ੍ਰੀਤ ਜਿਹੜਾ ਅੰਮ੍ਰਿਤਸਰ ਦਾ ਉਹ ਕਾਮਯਾਬ ਹੋਇਆ ਜਿਸ ਨੇ ਭਾਰ ਚੁੱਕਣ ਦੇ ਮੁਕਾਬਲੇ ਦੇ ਵਿੱਚ ਹੀ ਜਿਹੜਾ ਹੈ ਤਮਗਾ ਫੁੰਡਿਆ ਔਰ ਕਾਂਸੇ ਦੇ ਤਮਗੇ ਦੇ ਨਾਲ ਪਰਿਵਾਰ ਦਾ ਪੰਜਾਬ ਦਾ ਮੁਲਕ ਦਾ ਮਾਣ ਵਧਾਇਆ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਭੰਗੜੇ ਪਾਏ ਜਾ ਰਹੇ ਆ ਮਠਾਈਆਂ ਵੰਡੀਆਂ ਜਾ ਰਹੀਆਂ ਨੇ 109 ਕਿਲੋ ਕੈਟਾਗਰੀ ਦੇ ਵਿੱਚ ਭਾਰਤ ਦਾ ਨਾਂ ਚਮਕਾਇਆ ਇਸ ਵਾਰੀ ਜਿਹੜੇ ਭਾਰ ਚੱਕਣ ਦੇ ਵਿੱਚ ਭਾਰਤ ਨੇ ਚੰਗੇ ਤਮਗੇ ਜਿਹੜੇ ਹਾਸਲ ਕੀਤੇ ਇਸ ਤੋਂ ਪਹਿਲਾਂ ਹਰਜਿੰਦਰ ਕੌਰ ਪੰਜਾਬ ਦੀ ਧੀ ਨੇ ਤਮਗਾ ਜਿੱਤਿਆ ਉਸ ਤੋਂ ਪਹਿਲਾਂ 2 ਗੋਲਡ ਜਿਹੜੇ ਆਲਰੇਡੀ ਵੇਟ ਲਿਫਟਿੰਗ ਦੇ ਵਿੱਚ ਆ ਚੁੱਕੇ ਆ ਔਰ ਕਾਮਨਵੈਲਥ ਗੇਮਸ ਦੇ ਵਿੱਚ ਭਾਰਤੀ ਝੋਲੀ ਹੁਣ ਤੱਕ ਕੁੱਲ 14 ਤਮਗੇ ਜਿਹੜੇ ਆ ਉਹ ਪੈ ਚੁੱਕੇ ਆ ਔਰ ਇਸ ਨੂੰ ਲੈ ਕੇ ਜਿਹੜੇ ਮੁਲਕ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਟਵੀਟ ਕਰਕੇ ਜਿਹੜਾ ਹੈ ਉਹ ਵਧਾਈ ਦਿੱਤੀ ਗਈ ਹੈ ਇਸ ਨੌਜਵਾਨ ਨੂੰ ਉਹਨਾਂ ਨੇ ਕਿਹਾ ਕਿ ਪੁਰਸ਼ਾਂ ਦੀ 109 ਕਿਲੋਗ੍ਰਾਮ ਵੇਟ ਲਿਫਟਿੰਗ 'ਚ ਕਾਂਸੇ ਦਾ ਤਮਗਾ ਜਿਹੜਾ ਜਿੱਤਿਆ ਉਸ ਲਈ ਲਵਪ੍ਰੀਤ ਸਿੰਘ ਨੂੰ ਵਧਾਈ ਹੈ ਔਰ ਉਹਨਾਂ ਨੇ ਕਿਹਾ ਕਿ ਬੜਾ ਸ਼ਾਂਤ ਸੁਭਾਅ ਅਤੇ ਖੇਡਾਂ ਪ੍ਰਤੀ ਸਮਰਪਣ ਵਾਲਾ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਉਹਨਾਂ ਨੂੰ ਭਵਿੱਖ ਦੇ ਸਾਰੇ ਯਤਨਾਂ ਲਈ ਸ਼ੁਭਕਾਮਨਾ ਤਾਂ ਪਰਮਵੀਰ ਔਲਖ ਅੰਮ੍ਰਿਤਸਰ ਤੋਂ ਸਾਡੇ ਨਾਲ ਲਾਈਵ ਜੁੜਿਆ ਪਰਮ ਜਿਸ ਤਰੀਕੇ ਦੇ ਨਾਲ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਔਰ ਉਹਨਾਂ ਦਾ ਕੀ ਕਹਿਣਾ ਹੈ ਅਤੇ ਕਿਹੋ ਜਿਹੀ ਨੇਚਰ ਦਾ ਜਿਹੜਾ ਉਹਨਾਂ ਦਾ ਇਹ ਪੁੱਤ ਸੀਗਾ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਮਾਣ ਵਧਾਇਆ ਬਿਲਕੁਲ ਸਭ ਤੋਂ ਪਹਿਲਾਂ ਦੱਸ ਦਈਏ ਕਿ ਲਵਪ੍ਰੀਤ ਸਿੰਘ ਬੱਲ ਪਿੰਡ ਅੰਮ੍ਰਿਤਸਰ ਦਾ ਬੱਲ ਪਿੰਡ ਹੈਗਾ ਉੱਥੋਂ ਦਾ ਰਹਿਣ ਵਾਲਾ ਹੈ ਅਤੇ ਕਾਮਨਵੈਲਥ ਅਸੀਂ ਕਹਿ ਲਈਏ ਗੇਮਾਂ ਦੇ ਵਿੱਚ ਉਸਨੇ ਬ੍ਰੌਂਜ਼ ਮੈਡਲ ਜਿਹੜਾ ਹੈ ਉਹ ਹਾਸਲ ਕੀਤਾ ਜਿਹੜਾ ਮੈਡਲ ਹੈਗਾ ਅਸੀਂ ਉਸਦੇ ਘਰ ਦੇ ਬਾਹਰ ਪਹੁੰਚੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਜਸ਼ਨ ਤੁਸੀਂ ਦੇਖ ਸਕਦੇ ਹੋ ਮੀਡੀਆ ਦਾ ਤਾਂਤਾ ਵੀ ਜਿਹੜਾ ਲੱਗਾ ਹੋਇਆ ਹੈ ਇਹ ਤਸਵੀਰਾਂ ਨੇ ਇਹ ਲਵਪ੍ਰੀਤ ਦੇ ਘਰ ਦੀਆਂ ਸਭ ਤੋਂ ਪਹਿਲਾਂ ਤੁਹਾਨੂੰ ਘਰ ਦੇ ਹਾਲਾਤ ਜ਼ਰੂਰ ਦਿਖਾਵਾਂਗੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਉਹੀ ਬੱਚੇ ਨੇ ਜਿਹੜੇ ਨਾਮ ਰੋਸ਼ਨ ਕਰਦੇ ਨੇ ਇਹ ਘਰ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਤੱਕ ਵੀ ਸਰਕਾਰਾਂ ਨੇ ਜਿਹੜੀ ਹੈ ਕਿਤਨਾ ਕਿਤੇ ਬਾਹ ਨਹੀਂ ਫੜੀ ਆਪਣੇ ਦਮ ਦੇ ਉੱਤੇ ਹੀ ਲਵਪ੍ਰੀਤ ਜਿਹੜਾ ਹੈ ਉਸਨੇ ਐਡੀ ਵੱਡੀ ਜਿਹੜੀ ਅਸੀਂ ਕਹਿ ਲਈਏ ਸ਼ਖਸੀਅਤ ਜਿਹੜੀ ਹੈ ਉਹ ਬਣ ਚੁੱਕਿਆ ਹੈ ਜਿੱਥੇ ਪੂਰੇ ਦੇ ਪੂਰੇ ਜਿਹੜੇ ਹੈ ਉਹ ਅਸੀਂ ਕਹਿ ਸਕਦੇ ਹਾਂ ਕਿ ਪੂਰੇ ਦੇ ਪੂਰੇ ਜਿਹੜੇ ਅਸੀਂ ਕਹਿ ਸਕਦੇ ਹਾਂ ਉਹਨਾਂ ਦੇ ਪਰਿਵਾਰਕ ਮੈਂਬਰ ਗੱਲ ਕਰੀਏ ਇਹ ਘਰ ਦੇ ਹਾਲਾਤ ਨੇ ਇਹ ਘਰ ਤੁਸੀਂ ਦੇਖ ਸਕਦੇ ਹੋ ਲਵਪ੍ਰੀਤ ਦਾ ਅਸੀਂ ਕਹਿ ਸਕਦੇ ਹਾਂ ਕਿ ਇਹ ਘਰ ਹੈ ਉਸਦਾ ਜਿੱਥੇ ਕਿ ਅਸੀਂ ਕਹਿ ਸਕਦੇ ਹਾਂ ਕਿ ਲਵਪ੍ਰੀਤ ਦੇ ਮੈਡਲ ਤੁਸੀਂ ਦੇਖ ਸਕਦੇ ਹੋ ਇੱਧਰ ਮੈਡਲ ਜਿਹੜੇ ਹੈ ਉਹ ਰੱਖੇ ਹੋਏ ਨੇ ਕੱਲੀ ਕੱਲੀ ਚੀਜ਼ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਲੰਮੇ ਸਮੇਂ ਤੋਂ ਇਹ ਲੜਕਾ ਜਿਹੜਾ ਸੀਗਾ ਇਹ ਬੜੀ ਵੱਡੀ ਭੂਮਿਕਾ ਨਿਭਾ ਰਿਹਾ ਸੀਗਾ ਦੇਸ਼ ਲਈ ਪੰਜਾਬ ਲਈ ਬਹੁਤ ਸਾਰੀਆਂ ਅਸੀਂ ਕਹਿ ਲਈਏ ਖੇਡਾਂ ਦੇ ਵਿੱਚ ਇਸਨੇ ਬਹੁਤ ਕੁਝ ਹਾਸਲ ਕੀਤਾ ਹੈ ਇੱਧਰ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਉਹ ਬਿਆਨ ਕਰ ਰਹੀਆਂ ਨੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਪੰਜਾਬ ਲਈ ਕਿੰਨਾ ਸੰਘਰਸ਼ ਜਿਹੜਾ ਹੈ ਉਹ ਕੀਤਾ ਹੈਗਾ ਅਤੇ ਜੇਕਰ ਅਸੀਂ ਗੱਲ ਕਰੀਏ ਪਰਿਵਾਰ ਦੀ ਤਾਂ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਭਾਈ ਸਾਹਿਬ ਕਿੰਨਾ ਕੁ ਚਿਰ ਲੱਗ ਗਿਆ ਲਵਪ੍ਰੀਤ ਨੂੰ ਇੱਥੋਂ ਤੱਕ ਪਹੁੰਚਦਿਆਂ ਇਹ ਜੀ 2017 ਦੇ ਵਿੱਚ ਵੀ ਚਲੋ ਉਹਨੇ ਥੋੜ੍ਹੀ ਮਿਹਨਤ ਕੀਤੀ ਸੀ ਜੀ ਚਲੋ ਬਾਕੀ ਇਹ ਸਕੂਲ ਪੜ੍ਹਦਾ ਰਿਹਾ ਸੀ ਆਪਣੇ ਦਾਦਾ ਜੀ ਨਾਲ ਸਬਜ਼ੀ ਦਾ ਕੰਮ ਕਰਦੇ ਆ ਇਹ ਸਵੇਰੇ ਪਹਿਲਾਂ 2:30 ਵਜੇ ਉੱਠ ਕੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ ਇਹਨਾਂ ਦੇ ਫਾਦਰ ਸਾਹਿਬ ਦਰਜੀ ਹੈ ਜੀ ਅੱਛਾ ਦਰਜੀ ਨੇ ਹਾਂਜੀ ਇਹ ਛੋਟੇ ਹੁੰਦੇ ਆਪਣੇ ਗ੍ਰੈਂਡਫਾਦਰ ਨਾਲ ਜਾਂਦੇ ਰਹੇ ਉਹ ਸਬਜ਼ੀ ਦਾ ਕੰਮ ਕਰਦੇ 2:30 ਵਜੇ ਪਹਿਲਾਂ ਉਹਨਾਂ ਨੇ ਜਾਣਾ ਫਿਰ ਵੇਖੋ 2:30 ਵਜੇ ਉੱਠ ਕੇ ਫਿਰ ਸਕੂਲ ਜਾਣਾ ਸਕੂਲੋਂ ਆਣ ਕੇ ਆਪਣੀ ਗੇਮ ਲਾਉਣੀ ਗੇਮ ਲਾ ਕੇ ਵੇਖੋ ਕਿੰਨੀ ਮਿਹਨਤ ਹੈ ਜੀ ਸੌਣਾ ਵੀ ਚਲੋ ਥੋੜ੍ਹਾ ਟਾਈਮ ਹੁੰਦਾ ਵਾ 2:30 ਵਜੇ ਉੱਠ ਪੈਣਾ ਹੁੰਦਾ ਬਾਕੀ ਸਭ ਤੋਂ ਵੱਡੀ ਗੱਲ ਹੁੰਦੀ ਭਾਈ ਨਸ਼ਿਆਂ ਦੀ ਜੀ ਜੀ ਸਭ ਤੋਂ ਵੱਡੀ ਗੱਲ ਨਸ਼ਿਆਂ ਦੀ ਅੱਜ ਕੱਲ੍ਹ ਤੁਸੀਂ ਵੇਖ ਸਕਦੇ ਹਰ ਗਲੀ ਮਹੱਲੇ ਦੇ ਵਿੱਚ ਨਸ਼ਾ ਚੱਲਦਾ ਪਿਆ ਜੀ ਠੀਕ ਹੈ ਅਖਬਾਰਾਂ ਦੇ ਵਿੱਚ ਹਰ ਇਹ ਨਸ਼ਾ ਬਿਲਕੁਲ ਇੱਕ ਵੱਡੀ ਚੁਣੌਤੀ ਸੀਗੀ ਪੰਜਾਬ ਲਈ ਛੋਟੀ ਭੈਣ ਜਿਹੜੀ ਲਵਪ੍ਰੀਤ ਦੀ ਹੈ ਸਗੀ ਭੈਣ ਉਹ ਸਾਡੇ ਨਾਲ ਨੇ ਭੈਣ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਭਰਾ ਨੇ ਨਾਮ ਰੋਸ਼ਨ ਕੀਤਾ ਘਰ ਦਾ ਕੀਤਾ ਪਿੰਡ ਦਾ ਕੀਤਾ ਪੰਜਾਬ ਦਾ ਕੀਤਾ ਦੇਸ਼ ਦਾ ਕੀਤਾ ਹਾਂਜੀ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਰਿਆਂ ਦਾ ਸ਼ੁਕਰਾਨਾ ਹੈ ਸਾਰਿਆਂ ਨੇ ਵਧਾਈਆਂ ਦਿੱਤੀਆਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿੰਨੀ ਕੁ ਮਿਹਨਤ ਕੀਤੀ ਹੈ ਤੁਸੀਂ ਤਾਂ ਘਰ ਦੇ ਮੈਂਬਰ ਹੋ ਤੁਹਾਨੂੰ ਕੀ ਲੱਗਦਾ ਕਿੰਨੀ ਕੁ ਭਾਜੀ ਉਹਨਾਂ ਨੇ ਮਿਹਨਤ ਕੀਤੀ ਸੀ ਕਿ ਜਿਹੜਾ ਅੱਜ ਇਹ ਮੁਕਾਮ ਹਾਸਲ ਹੋਇਆ ਬਹੁਤ ਜ਼ਿਆਦਾ ਹੀ ਬਚਪਨ ਤੋਂ ਹੀ ਬਹੁਤ ਉਤਸ਼ਾਹਿਤ ਸੀ ਉਹ ਵੈਸੇ ਵੀ ਤੇ ਸਕੂਲ ਟਾਈਮ ਤੋਂ ਗੇਮ ਸਟਾਰਟ ਕਰਤੀ ਸਕੂਲ ਟਾਈਮ ਤੋਂ ਹੌਲੀ ਹੌਲੀ ਕਾਲਜ ਤੱਕ ਗਿਆ ਫਿਰ ਪਲੱਸ 2 ਤੋਂ ਬਾਅਦ ਉਹ ਨੇਵੀ ਦੇ ਵਿੱਚ ਉਹਦੀ ਸਿਲੈਕਸ਼ਨ ਹੋ ਗਈ ਸੀ ਦੈਨ ਉਸ ਤੋਂ ਬਾਅਦ ਇੰਡੀਆ ਕੈਂਪ ਦੇ ਵਿੱਚ ਹੋ ਗਈ ਫਿਰ 2017-18 'ਚ ਕਾਮਨਵੈਲਥ ਗਿਆ ਸੀ ਉੱਥੇ ਗੋਲਡ ਮੈਡਲ ਲਿਆ ਗੋਲਡ ਕੋਰਸ ਆਸਟ੍ਰੇਲੀਆ ਦੈਨ ਉਹ ਸੈਕਿੰਡ ਵਾਰੀ ਕਾਮਨਵੈਲਥ ਖੇਡੀ ਔਨ ਗਰਾਊਂਡ ਪਰਿਵਾਰ ਦਾ ਕਿੰਨਾ ਕੁ ਸਾਥ ਸੀਗਾ ਮਾਂ ਪਿਓ ਦਾ ਤੁਹਾਡਾ ਕਿੰਨਾ ਕੁ ਸਾਥ ਚਾਚਾ ਜੀ ਖਲੋਤੇ ਨੇ ਲੱਗੇ ਬਿਲਕੁਲ ਹੈ ਚਾਚਾ ਜੀ ਵੀ ਨਾਲ ਹੈਗੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਭਾਜੀ ਕਿੰਨਾ ਕੁ ਸਾਥ ਸੀਗਾ ਪਰਿਵਾਰ ਦਾ ਭਾਜੀ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਸਾਡਾ ਬੱਚਾ ਵੈਸੇ ਨਾ ਬਹੁਤ ਸਾਊ ਸੀ ਜੀ
बहुत मेहनती से परिवार बारे सोचता सी कि मेरा परिवार एक बहुत गरीब परिवार है ते अपने परिवार नूं सोचदे होए अगे वधदा कदी वी उहने मतलब गलत बंदे ध्यान नहीं दित्ता बिल्कुल गलत बंदे जिहड़ा है ओह ध्यान नहीं दित्ता तुहानूं दस दईए लगातार जेकर असीं गल करीए तां असीं घर दे विच तस्वीरां दिखा रहे हां तस्वीरां जिहड़ियां ने ओह बाहर दीआं वी जरूर तुहाडे नाल सांझीआं करांगे तां बाहर दीआं तस्वीरां ठीक है परम तुसीं तस्वीरां दिखाउंदे रहो।